ਮੇਰੇ ਘਰ ਸੜਕਾਂ ਕਾਹੀ ਆਦੇ ਬੰਦ ਕਰਕੇ ਨਹੀਂ ਆਉਂਦੇ ਮੈਂ ਅੱਗ ਲੱਗੇ ਪਕੌੜਿਆਂ ਨੂੰ ਲੰਗਰ ਨਹੀਂ ਅਗਲਾ ਬੋਲ ਤੂੰ ਮੈਂ ਦੱਸਾਂ ਅਗਲਾ ਬੋਲ ਮੇਰਾ ਨਾਮ ਸੁਖਜਿੰਦਰ ਕੌਰ ਆ। ਮੇਰੇ ਨਨਾਣਵੇ ਦਾ ਮਾਮਲਾ ਹੈਗਾ ਵਾ, ਉੱਥੇ ਇੱਕ ਪੰਡਿਤ ਰਹਿੰਦਾ ਹੈਗਾ ਵਾ। ਉਹ ਪਹਿਲਾਂ ਜਨਾਨੀਆਂ ਲੈ ਕੇ ਸਾਰੇ ਲੈ ਗਏ, ਪਹਿਲਾਂ ਘਰ ਹੀ ਉਹਨੂੰ ਘਰ ਪੈ ਗਏ, 12 ਸਾਲਾਂ ਦੀ ਉਹਦੀ ਕੁੜੀ ਖਿੱਚ ਕੇ ਲੈ ਗਏ ਆ, ਹਨਾ। ਵੀਡੀਓ ਬਣੀਆਂ ਗਿਆ, ਸਾਰੀਆਂ ਵੀਡੀਓ ਵਾਇਰਲ ਹੋਣੀਆਂ ਹੈਗੀਆਂ ਵਾ, ਬਣੀਆਂ ਹੈਗੀਆਂ ਵਾ। ਤਾਂ ਪਰਸੋਂ ਵੀ ਅਸੀਂ ਥਾਣੇ ਦੇ ਵਿੱਚ ਆਏ ਹਾਂ, ਸਾਰੇ ਪਾਸਿਆਂ ਨੂੰ ਬਣੇ, ਇਹਨਾਂ ਦੀ ਜਨਾਨੀਆਂ ਨੇ ਫਿਰ ਇੱਥੇ ਧਰਨਾ ਲਾ ਕੇ ਸਾਨੂੰ ਗਾਲ ਮੰਦਾ ਕੀਤਾ। ਥਾਣੇ ਚੋਂ ਕਿਹੜੇ ਪੁਲਿਸ ਵਾਲੇ ਨੇ ਬਾਹਰ ਨਿਕਲ ਕੇ ਇਹਨਾਂ ਨੂੰ ਬੋਲਿਆ ਵੀ ਇੰਨਾ ਗੰਦ ਕਿਉਂ ਬੋਲਣ ਲੱਗੀਆਂ ਜੀ ਇਹਨਾਂ ਨੂੰ, ਹਨਾ। ਸਾਡੀ ਕੋਈ ਸੁਣਵਾਈ ਨਹੀਂ ਹੋਈ, ਅੱਜ ਵੀ ਹੁਣ ਫੈਸਲਾ ਹੁੰਦਾ SHO ਸਾਨੂੰ ਟੁੱਟ ਟੁੱਟ ਕੇ ਪੈਣ ਦੇ, ਕਿਉਂ ਪੈਣ ਦੇ SHO ਸਾਹਿਬਾਂ ਨੂੰ ਟੁੱਟ ਕੇ। ਮਾਮਲਾ ਇਹ ਵੀ ਕੰਧ ਸਾਡੀ ਜਗ੍ਹਾ ਦੇ ਵਿੱਚ, ਉਹਦੀ ਪੰਡਿਤ ਦੀ ਕੰਧ ਆ ਸਾਡੀ ਜਗ੍ਹਾ ਵਾ। ਪੰਡਿਤ ਕਹਿੰਦਾ ਕਿ ਮੈਂ ਪਲਸਤਰ ਕਰਨਾ, 2 ਫੁੱਟ ਦਾ ਸਾਡਾ ਜਾਣ ਰਿਹਾ ਵਾ, ਜਗ੍ਹਾ ਜਾਣ ਰਹੀ ਹੈਗੀ ਆ, ਸਾਡੀ ਜਗ੍ਹਾ ਵਾ। ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਪਲਸਤਰ ਹੋਣ ਦੇਈਏ, ਸਾਡੀ ਮਰਜ਼ੀ ਸਾਂਭਦੀ ਨਾ, ਬੜਾ ਕੁਛ ਹੋ ਜਾਂਦਾ। ਪਰ ਅਸੀਂ ਉਹਨੂੰ ਖੁਦ ਲਮਾਸ਼ੀਆਂ ਵਿਖਾ ਲੈਂਦੇ ਹੈਗਾ ਥਾਣੇ ਦਾ ਮਾਮਲਾ ਹੈਗਾ ਜੀ, ਇਹ ਲੋਕ ਮੇਰੇ ਥਾਣੇ ਦਾ ਮਾਮਲਾ ਹੈਗਾ। ਰਜਿਸਟਰੀ ਕਰ ਦਿੰਦਾ ਤੁਹਾਨੂੰ, ਤੁਹਾਡੀ ਜਗ੍ਹਾ ਵਾ, ਤੁਸੀਂ ਲੈ ਲਈ ਹੈ, ਤੁਸੀਂ ਵੜੋ, ਸਾਡਾ ਆਪਣਾ ਵਾ ਬੰਦਾ, ਉਹ ਜਗ੍ਹਾ ਵਾ, ਵੜੋ, ਤੁਸੀਂ ਜੋ ਮਰਜ਼ੀ ਕਰੋ। ਪਰ ਇਹਨੇ ਬਦਮਾਸ਼ੀ ਦੇ ਤੌਰ ਤੇ ਕੰਧ ਪਲਸਤਰ ਕਰ ਦਿੰਦਾ ਹੈਗਾ, ਇਹ ਕਹਿੰਦਾ ਸੰਸਥਾ ਦੀ ਜਗ੍ਹਾ ਵਾ, ਇਹਦੀ ਜਨਾਨੀ ਦੀ ਨਾਂ ਦੇ ਤੇ ਰਜਿਸਟਰੀ ਜੇ ਸੰਸਥਾ ਦੀ ਜਗ੍ਹਾ, ਸੰਸਥਾ ਦੇ ਨਾਂ ਦੇ ਅਸੀਂ ਖੁਦ ਪਲਸਤਰ ਕਰਾ ਕੇ ਦੇਵਾਂਗੇ, ਜੇ ਸੰਸਥਾ ਦੇ ਨਾਂ ਤੇ ਖੁਦ ਪਲਸਤਰ ਕਰਾ ਕੇ ਦੇਵਾਂਗੇ, ਇਹਦੀ ਜਨਾਨੀ ਦੇ ਨਾਂ ਤੇ ਰਜਿਸਟਰੀ ਆ। ਇਹ ਕਹਿੰਦਾ ਮੈਂ ਐਂ ਕਰ ਦੂੰਗਾ, ਮੇਰੇ ਕੋਲ ਕੱਟਾ ਹੈਗਾ ਵਾ, ਮੈਂ ਤੁਹਾਨੂੰ ਰਾਤੋ ਰਾਤ ਗੋਲੀਆਂ ਮਾਰ ਕੇ ਭੰਨ ਦੂੰਗਾ, ਐਂ ਕਰ ਦੂੰਗਾ, ਸਾਡੇ ਘਰ ਆਣ ਕੇ ਪੈ ਗਏ, ਕਿਉਂ ਇਹਦਾ ਮਤਲਬ ਵੀ ਸਾਡੇ ਘਰ ਆਣ ਕੇ ਪੈਣ ਦਾ। ਹਾਂਜੀ ਮਾਮਲੇ ਦੇ ਵਿੱਚ ਕੋਈ ਫੈਸਲਾ ਹੀ ਹੋਇਆ, ਅਸੀਂ ਆਖਿਆ ਕਿ ਸਾਨੂੰ ਟਾਈਮ ਦੇ, ਇੱਕ ਮਹੀਨੇ ਦਾ, ਇੱਕ ਮਹੀਨੇ ਬਾਅਦ ਅਸੀਂ ਆਪ ਕਹਿ ਦਾਂਗੇ ਵੀ ਪਲਸਤਰ ਕਰ ਲਓ, ਪਹਿਲਾਂ ਅਸੀਂ ਪਹਿਲਾਂ ਨੂੰ ਪਲਸਤਰ ਹੋਣ ਦੇਣੀ ਹੈ। ਪਰ ਉਹਨਾਂ ਦੇ ਅੰਦਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ, ਅੰਦਰ SHO ਸਾਨੂੰ ਕੁੱਟਣ ਪਈਆਂ ਨੇ, ਸਾਡੀ ਗੱਲ ਸੁਣਦੇ। ਪੰਡਿਤ ਨੇ ਮੈਨੂੰ ਗਲਤ ਲੈਂਗੁਏਜ ਬੋਲੀ, SHO ਤੋਂ ਕਹਿੰਦੇ ਫਿਰ ਕਿਉਂ ਬੋਲੀ, ਇਹ ਬੰਦਰ ਸਾਹਮਣੇ ਅਸੀਂ ਇਹਨਾਂ ਫਿਰ ਕਿਉਂ ਗੱਦਨ ਬੋਲ ਲਿਆ, ਕਿਉਂ ਬੋਲ ਲਿਆ ਇਹਨਾਂ ਨੇ ਤਾਂ ਇਸ ਤਰ੍ਹਾਂ ਬੋਲੀ ਬੋਲੀ ਜਾਗਾ, ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਅਸੀਂ ਮੰਗ ਕਰਦੇ ਵੀ ਅਸੀਂ ਇੱਕ ਮਹੀਨਾ ਪਲਸਤਰ ਨਹੀਂ ਜਾਣੇ, ਇੱਕ ਮਹੀਨੇ ਬਾਅਦ ਜੋ ਮਰਜ਼ੀ ਕਰ ਲਓ, ਕਿਉਂਕਿ ਮਾਲਕ ਆ ਰਹੇ ਸਾਰੇ ਇਕੱਠੇ ਹੋਣ ਰਿਹਾ, ਇੱਕ ਮਹੀਨੇ ਬਾਅਦ ਜੋ ਮਰਜ਼ੀ ਕਰ ਲਏ। ਅਸੀਂ
ਕਮਿਸ਼ਨਰ ਨੇ ਦਰਖਾਸਤ ਦਿੱਤੀ ਆ, ਜੀਐਮ ਨੂੰ ਕਿਤੇ, ਸੀਐਮ ਨੇ ਸਾਰੇ ਤੇ ਦਰਖਾਸਤਾਂ ਦਿੱਤੀਆਂ ਹੈਗੀਆਂ ਵਾ, ਇੱਥੇ ਵੀ ਦਰਖਾਸਤ, ਇੱਥੇ ਵੀ ਦਰਖਾਸਤ, ਇੱਥੇ ਆਉਣਗੀਆਂ ਜੀ। ਇਹ ਥੋੜੀ ਗੱਲ ਹੈਗੀ ਵੀ ਐਸਾ ਤੁਹਾਨੂੰ ਟੁੱਟਣ ਪਈ ਜਾਵੇ, ਸਮਝਦੇ ਕਿਉਂ ਟੁੱਟਣ ਕੇ ਪੈ ਰਿਹਾ ਕਰੀ, ਉਹ ਉਹਨਾਂ ਦੀ ਗੱਲ ਕਰਨ ਦੇ, ਕਿਉਂ ਕਰਨ ਦੇ ਉਹਨਾਂ ਦੀ ਗੱਲ ਸਾਰ, ਜੇ ਕੋਈ ਸਰਕਾਰੀ ਮੁਲਾਜ਼ਮ ਜੇ ਸਾਡੀ ਕਿਉਂ ਨਹੀਂ ਗਏ, ਸਾਡੀ ਕਿਉਂ ਨਹੀਂ ਸੁਣਵਾਈ ਹੁੰਦੀ। ਅਸੀਂ 12 ਸਾਲਾਂ ਦੀ ਪੁੱਤਰੀ ਸੀ ਮੇਰੀ, ਜਸਲੀਨ ਕੌਰ, ਸੁਖਬੀਰ ਸਿੰਘ, ਕੀ ਹੈ ਜੀ ਕੀ ਮਾਮਲਾ ਕੱਲਗਾ ਚ ਬੜੇ ਜਾਣੇ ਦਰਖਾਸਤ ਦਿੱਤੀ ਤੇ ਆਂਦੇ ਵੇਖਾਂਗੇ, ਉਹਨੂੰ ਸੱਦਿਆ ਦੋਰੀ ਤੇ ਸੱਦਿਆ, ਫਿਰ ਫੈਸਲਾ ਚੱਲਿਆ ਤੇ ਮੁੜ ਕੇ ਫਿਰ ਉਹਨਾਂ ਦੇ ਬੰਦੇ ਆਂਦੇ ਚੱਲ 15 ਲੋਨਾ ਤਾਂ ਕਰ ਲਿਆ ਪਲਸਤਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਰਹੀ, ਇਹ ਮਸਲਾ ਹੈ। ਆਖਿਰਕਾਰ ਹੋਇਆ ਕੀ ਸੀ, ਕਿਉਂਕਿ ਹੁਣੇ ਰੀਸੈਂਟਲੀ ਕੁਛ ਸਮੇਂ ਪਹਿਲਾਂ ਥਾਣੇ ਦੇ ਬਾਹਰ ਕਹਿੰਦੇ ਜੀ ਚਪੇੜ ਮਾਰੀ ਹੈ ਜੀ, ਧੱਕਾ ਮੁੱਕੀ ਕੀਤੀ ਗਈ ਹੈ, ਇਹ ਕੀ ਮਾਮਲਾ ਸੀ? ਇਹ ਪੰਡ ਜੀ ਕਹਿ ਰਹੇ ਵੀ ਮੈਂ ਬਾਹਰ ਕਿਤੇ ਫੋਨ ਸੁਣਨ ਜਾ ਰਿਹਾ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੁੱਕੀ ਕੀਤੀ ਹੈ ਤੇ ਚਪੇੜਾਂ ਵਗੈਰਾ ਮਾਰੀਆਂ, ਤੇ ਇਸ ਸੰਬੰਧੀ ਇਹਨਾਂ ਕੋਲ ਦਰਖਾਸਤ ਲੈ ਆਇਆ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਇੱਕ ਸਰ ਜਸਵਿੰਦਰ ਹੋਣਾਂ ਲਈ ਜਿਹੜੀ ਪਾਰਟੀ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ, ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਇਕੱਲੀ ਸੀ, ਲੜਕੀ ਸੀ, ਉਹਨਾਂ ਦੇ ਵੀ ਗੜ ਪਏ ਆ, ਸਾਡੇ ਵੀ ਗੜ ਪਏ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ, ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ, ਨਾ ਕੋਈ ਇਸ ਤਰ੍ਹਾਂ ਦੀ ਸਾਡੀ ਕੋਈ ਗੱਲ ਸਾਹਮਣੇ ਆਈ। ਕਹਿ ਰਹੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋਲ, ਵੀਡੀਓ ਵਗੈਰਾ, ਵੀਡੀਓ ਇਹਨਾਂ ਦੀ ਬਾਅਦ ਚ ਕੋਈ ਬਾਈਟ ਵਗੈਰਾ ਦਿੰਦੇ ਆ ਵੀ ਬਣੀਆਂ, ਅਦਰਵਾਈਜ਼ ਹੋਰ ਕੋਈ ਵੀਡੀਓ ਨਹੀਂ ਹੈਗੀ। ਤੇ ਇੱਕ ਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੀ, ਤੁਸੀਂ ਰਫ ਵੀ ਕਰ ਰਹੇ ਜੀ ਉਹਨਾਂ ਨਾਲ, ਔਰ ਜਿਹੜੇ ਪਰਸਨ ਬੈਠੇ ਹੋਏ ਨੇ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ, ਸਾਡੀ ਸੁਣਵਾਈ ਨਹੀਂ ਕਰ ਰਹੇ, ਜੋ ਵੀ ਹੈ ਕਾਰਵਾਈ ਇਹੀ ਕਾਨੂੰਨ ਮੁਤਾਬਕ ਕਰਨੀ ਹੈ, ਕਿਉਂਕਿ ਅਸੀਂ ਹਰ ਕਿਸੇ ਨੂੰ ਤਾਂ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਟਸ਼ਨਬਾਜ਼ੀ ਚੱਲ ਰਹੀ ਹੈ।